ਕੀ ਲੈਣਾ ਪਿੱਪਲਾਂ ਤੇ ਬੇਰੀਆਂ ਤੋਂ ਜਿੱਥੇ ਬੋੜਾਂ ਦੀ ਸੰਘਣੀ ਛਾਂ ਹੋਵੇ ਉਹਨਾਂ ਤੀਰਥਾਂ ਤੇ ਜਾ ਕੇ ਕੀ ਲੈਣਾ ਜਿਸ ਘਰ ਵਿੱਚ ਰੱਬ ਵਰਗੀ ਮਾਂ ਹੋਵੇ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਬੱਬਲ ਕੌਰ ਪਹੁੰਚ ਚੁੱਕੀ ਆਂ ਦੀ ਸੋਹਣੇ ਸੋਹਣੇ ਗੀਤ ਲੈ ਕੇ ਤੇ ਗੀਤਾਂ ਤੇ ਪਾਵਾਂਗੇ ਧਮਾਲ। ਤੇ ਮੇਰੇ ਨਾਲ ਪਹੁੰਚੇ ਨੇ ਇਨਾਇਤ, ਅੱਜ ਨਹੀਂ ਆਏ ਉਹ, ਮੈਂ ਇੱਥੇ ਆ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਤੁਹਾਡੀ ਵੇਟ ਕਰ ਰਹੀ ਸੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਅਨਾਇਤ ਰਮਾਨ ਤੇ ਪ੍ਰੋਗਰਾਮ ਪੇਸ਼ ਕਰਨ ਜਾ ਰਿਹਾ ਗੀਤ ਧਮਾਲ। ਤੁਸੀਂ ਕਿੱਥੇ ਚਲੇ ਗਏ ਸੀ? ਉਹ ਬਸ ਕੀ ਦੱਸਾਂ ਬੱਬਲ ਜੀ, ਹਾਂਜੀ ਤੁਹਾਨੂੰ ਪਤਾ ਘਰ ਵਾਲੀ ਦਾ ਨਾ ਕੋਈ ਹਾਲ ਨੀਗਾ। ਇੱਕੋ ਚੀਜ਼ ਮੈਂ ਚਾਰ ਵਾਰੀ ਲਿਆਂਦੀ, ਵਾਰੀ ਵਾਰੀ ਇਹ ਠੀਕ ਨੀ ਲਿਆਂਦੀ, ਇਹ ਮਹਿੰਗੀ ਲਿਆਂਦੀ, ਇਹ ਐਂ ਕਰਤਾ, ਇਹਦਾ ਉਹ ਕਰਤਾ, ਪੰਜਵੀਂ ਵਾਰ ਉਹੀ ਚੀਜ਼ ਲੈ ਕੇ ਆਉਂਦੀ, ਕਹਿੰਦੇ ਠੀਕ ਹੈ, ਬਸ ਭਕਾਈ ਕਰਾਈ ਜਾਂਦੇ ਤੜਕੇ ਦੇ ਘਰ ਵਾਲੇ। ਅਸੀਂ ਤਾਂ ਫਿਰ ਅਸੀਂ ਹੁੰਨੇ ਆ ਕੀ ਮਤਲਬ? ਵੈਸੇ ਤੁਹਾਨੂੰ ਪਤਾ ਔਰਤ ਤੋਂ ਬਿਨਾਂ ਸਮਾਜ ਅਧੂਰਾ ਹੈ, ਔਰਤ ਦੇ ਨਾਲ ਹੀ ਦੁਨੀਆ ਚੱਲਦੀ ਹੈ। ਅੱਛਾ, ਤਾਂ ਹੀ ਫਿਰ ਇੱਦਾਂ ਦਾ ਕੋਈ ਗੀਤ ਗਾ ਰਿਹਾ ਸਾਡਾ ਲੋਕ ਗਾਇਕ ਨੀਰਜੀਤ ਇੰਦਰਗੜ। ਚੜ੍ਹ ਕੇ ਵੇਖਿਆ ਤਾਂ ਕਰ ਕਰੇ ਹੋ ਅੱਗ।
ਚਿੱਟਾ ਰੰਗ ਮਾਤ ਪਾਉਂਦਾ ਏ ਮਸ਼ਾਲਾ ਨੂੰ ਗੋਰਾ ਚਿੱਟਾ ਰੰਗ ਮਾਤ ਪਾਉਂਦਾ ਏ ਮਸ਼ਾਲਾ ਨੂੰ ਬਹਿ ਜਾਵੇ ਕੋਠੇ ਤੇ ਵੇਖ ਪੈਂਦੀਆਂ ਧਮਾਲਾਂ ਨੂੰ ਨੱਚ ਕੇ ਕਿਤੇ ਚ ਬਿੱਲੂ ਕਰ ਦਿੱਕਵਾਲਾ ਤੂੰ
ਪੀਤਾ 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 ਤੇਰੇ ਬੋਲਾਂ ਨੇ ਸਾਡੇ ਵੱਲ ਵੀ ਤੇਰਿਆਂ ਦਾ ਹਾਂਦੇ ਵਿੱਚ ਰੋਜ਼ ਆਉਂਦੇ ਆ ਮਰਦੇ ਤਾਂ ਤੇਰੇ ਉੱਤੇ ਕਈ ਹੋਣਗੇ ਅਸੀਂ ਯਾਰਾ ਤੇਰੇ ਨਾ ਜੀਣਾ ਚਾਹੁੰਦੇ ਆ ਮਰਦੇ ਤਾਂ ਤੇਰੇ ਉੱਤੇ ਕਈ ਹੋਣਗੇ ਅਸੀਂ ਯਾਰਾ ਤੇਰੇ ਨਾ ਜੀਣਾ ਚਾਹੁੰਦੇ ਆ ਅਸੀਂ ਯਾਰਾ ਤੇਰੇ ਨਾ ਜੀਣਾ ਚਾਹੁੰਦੇ ਆ ਅਸੀਂ ਯਾਰਾ ਤੇਰੇ ਨਾ ਜੀਣਾ ਚਾਹੁੰਦੇ ਆ ਤੇਰੇ ਨਾ ਜੀਉਣਾ ਚਾਹੁੰਦੇ ਆ ਅਸੀਂ ਯਾਰਾ ਤੇਰੇ ਨਾ ਜੀਉਣਾ ਚਾਹੁੰਦੇ